ਕੀ ਨਾਮ ਹੈ ਜੀ ਤੁਹਾਡਾ ਪਲਵਿੰਦਰ ਸਿੰਘ ਅੱਜ ਦਾ ਜਿਹੜਾ ਮਾਰਚ ਕੱਢਣ ਜਾ ਰਹੇ ਹੋ ਤੁਸੀਂ ਇਹ ਕਿਹੜੇ ਉਦੇਸ਼ ਨੂੰ ਲੈ ਕੇ ਕੱਢਣ ਜਾ ਰਹੇ ਹੋ ਜਿਹੜਾ ਇਹਦਾ ਉਦੇਸ਼ ਹੈ ਜੀ ਕਿਸੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜਿਹੜੀ ਸਟੇਟ ਦੇ ਖਿਲਾਫ ਲੜਾਈ ਲੜੀ ਇੱਕ ਤਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ ਹੈ ਨਾ ਦੂਸਰਾ ਜਿਹੜੀ ਸੰਤ ਗੱਲ ਕਹਿ ਕੇ ਗਈ ਸੀ ਕਿ ਸਿੱਖ ਕੌਮ ਗੁਲਾਮ ਹੈ ਸਿੱਖ ਕੌਮ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੀ ਹੈ ਸਿੱਖ ਕੌਮ ਸਰੀਰਕ ਤੌਰ 'ਤੇ ਹੀ ਗੁਲਾਮ ਨਹੀਂ ਮਾਨਸਿਕ ਤੌਰ 'ਤੇ ਵੀ ਗੁਲਾਮ ਹੈ ਇਸ ਲਈ ਉਹ ਸਾਰੀ ਗੱਲ ਨੂੰ ਤੋੜਨ ਵਾਸਤੇ ਹੀ ਇਹੋ ਜਿਹੇ ਮਾਰਚ ਨੇ ਜਿਹੜੇ ਕੱਢੇ ਜਾ ਰਹੇ ਨੇ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਨੇ ਅਤੇ ਕੌਮ ਚਾਹੁੰਦੀ ਹੈ ਵੀ ਜਿਹੜਾ ਤੁਸੀਂ ਜੂਨ 84 'ਚ ਕੀਤਾ ਸੀਗਾ ਅਤੇ ਉਹਦੀ ਪੂਰੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਅਤੇ ਉਹਨਾਂ ਸਾਡੇ ਸ਼ਹੀਦਾਂ ਨੇ ਐਡੀ ਬੜੀ ਜਿਹੜੀ ਜੰਗ ਸਟੇਟ ਦੇ ਖਿਲਾਫ ਲੜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਦੇਖੋ ਜੀ ਇਹ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਂ ਵਾਲਾ ਨੇ ਇੱਕ ਗੱਲ ਸਮਝਾਈ ਸੀ ਉਸ ਟਾਈਮ ਤਾਂ ਜਿਵੇਂ ਉਹਨਾਂ ਨੇ ਡਟ ਕੇ ਇਸ ਭਾਰਤੀ ਹਕੂਮਤ ਦਾ ਮੁਕਾਬਲਾ ਕੀਤਾ ਅਤੇ ਔਰ ਕੌਮ ਨੂੰ ਸਮਝਾਇਆ ਵੀ ਅਸੀਂ ਹਜੇ ਵੀ ਜਿਹੜਾ ਹੈਗਾ ਅਸੀਂ ਪੂਰਨ ਤੌਰ 'ਤੇ ਆਜ਼ਾਦ ਨਹੀਂ ਹਾਂ ਅਸੀਂ ਗੁਲਾਮ ਹੈ ਤਾਂ ਉਹਨਾਂ ਨੇ ਇੱਕ ਬੜਾ ਸੁਨੇਹਾ ਦਿੱਤਾ ਨਹੀਂ ਤਾਂ ਉਹਨਾਂ ਕੋਲ ਵੀ ਓਪਰਚੁਨਿਟੀਆਂ ਸੀਗੀਆਂ ਉਹ ਵੀ ਕੁਛ ਲੈ ਸਕਦੇ ਸੀ ਪਰ ਉਹਨਾਂ ਨੇ ਜਿਹੜਾ ਹੈਗਾ ਇੱਕ 200 ਸਿੰਘਾਂ ਨੂੰ ਨਾਲ ਲੈ ਕੇ ਪੂਰੇ ਇੱਕ ਸਟੇਟ ਨਾਲ ਭਿੜ ਜਾਣਾ ਇਹ ਬਹੁਤ ਵੱਡੀ ਗੱਲ ਸੀਗੀ ਤਾਂ ਇੱਕ ਮਤਲਬ ਹਕੂਮਤ ਨੂੰ ਇਹ ਦੱਸ ਦਿੱਤਾ ਵੀ ਇਹ ਜਿਹੜਾ ਖਾਲਸਾ ਪੰਥ ਹੈ ਇਹ ਕਿਸੇ ਦਾ ਗੁਲਾਮ ਨਹੀਂ ਹੈ ਅਤੇ ਅੱਜ ਵੀ ਜਿਹੜਾ ਹੈਗਾ ਅਸੀਂ ਜਿਹੜਾ ਕੋਈ ਇੱਥੇ ਕੋਈ ਸਿਰਾਂ ਨੂੰ ਜਾਂ ਬਾਲਿਆਂ ਗਿਣਤੀਆਂ ਨੂੰ ਕੋਈ ਅਹਿਮੀਅਤ ਨਹੀਂ ਹੈ ਤਾਂ 200 ਬੰਦੇ ਨੇ ਜਿਹੜੀ ਭਾਰਤੀ ਹਕੂਮਤ ਨਾਲ ਲੜ ਕੇ ਉਹਨਾਂ ਨੂੰ ਦੱਸਿਆ ਜਿਹੜੀ ਕਿ ਹਜ਼ਾਰਾਂ ਦੀ ਲੱਖਾਂ ਦੀ ਫੌਜ ਲੈ ਕੇ ਚੜ੍ਹਾਈ ਕੀਤੀ ਅਸੀਂ ਇਹੀ ਕਹਿਣਾ ਚਾਹੁੰਦੇ ਵੀ 38 ਸਾਲ ਹੋ ਗਏ ਸਾਡੇ ਨਾਲ ਬੇਇਨਸਾਫੀਆਂ ਹੁੰਦੀਆਂ ਨੂੰ ਸਾਡੇ ਅਕਾਲ ਤਖ਼ਤ ਹਟਾਏ ਨੂੰ ਸਾਡੇ ਟੈਂਕ ਚਾੜ੍ਹੇ ਨੂੰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸ਼ਾਂਤਮਈ ਤਰੀਕੇ ਨਾਲ ਸਾਨੂੰ ਆਜ਼ਾਦੀ ਦਿੱਤੀ ਜਾਵੇ ਅਸੀਂ ਚਾਹੁੰਦੇ ਹਾਂ ਭਾਰਤ ਤੋਂ ਅਸੀਂ ਮੁਕਤ ਹੋਣਾ ਚਾਹੁੰਦੇ ਹਾਂ ਪੰਜਾਬ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਹੁਣ ਗੱਲ ਹਥਿਆਰਾਂ 'ਚ ਤਾਂ ਰਹੀ ਨਹੀਂ ਹੁਣ ਗੱਲ ਕਲਮਾਂ ਦੀ ਆ ਗਈ ਹੈ ਹੁਣ ਬਿਨਾਂ ਹਥਿਆਰਾਂ ਤੋਂ ਵੀ ਕਲਮਾਂ ਨਾਲ ਆਜ਼ਾਦੀ ਲਈ ਜਾਂਦੀ ਹੈ ਤਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਭਾਰਤ ਤੋਂ ਆਜ਼ਾਦੀ ਲੈਣਾ ਚਾਹੁੰਦੇ ਹਾਂ ਅਤੇ ਆਪਣੇ ਪੰਜਾਬ ਨੂੰ ਖਾਲਸਾ ਰਾਜ ਬਣਾਉਣਾ ਚਾਹੁੰਦੇ ਹਾਂ ਮਹਾਰਾਜ ਰਣਜੀਤ ਸਿੰਘ ਵੀ ਪੁੱਛਦਾ ਵੀ ਇਹ ਜਿਹੜੇ ਆਪਣੇ ਦੁੱਖ ਦੀ ਘੜੀ ਦੇ ਵਿੱਚ 6 ਦਿਨ ਕੱਢਦੇ ਆ ਇਹ ਵੀ ਨਹੀਂ ਚੰਗੀ ਤਰ੍ਹਾਂ ਕੱਢਣ ਦਿੰਦੇ ਕੋਈ ਸ਼ਿਵ ਸੈਨਾ ਵਾਲਾ ਕੋਈ ਆਪਣਾ ਪੰਗਾ ਪਾ ਕੇ ਬੈਠਦਾ ਕੋਈ ਆਪਣੇ ਰੰਡੀ ਰੋਣੇ ਸ਼ੁਰੂ ਕਰ ਦਿੰਦੇ ਹੈਗੇ ਆ ਦੱਸ ਪਹਿਲੀ ਗੱਲ ਤਾਂ ਮੈਂ ਇਹ ਪੁੱਛਦਾ ਸਰਕਾਰਾਂ ਨੂੰ ਵੀ ਸਿਰਫ ਸਿੱਖ ਕੌਮ ਹੀ ਤੁਹਾਨੂੰ ਨਜ਼ਰ ਆਉਂਦੀ ਆ ਸਿਰਫ ਕਮੈਂਟਸ ਕਰਨ ਵਾਸਤੇ ਸਿੱਖ ਕੌਮ ਦੇ ਵਿੱਚ ਹੀ ਕਦੀ ਆਪਾਂ ਖਾਲਿਸਤਾਨ ਦੇ ਮੁਰਦਾਬਾਦ ਦੇ ਨਾਰੇ ਲਾਉਣੇ ਆ ਕਦੀ ਕੁਛ ਕਰਨਾ ਕਦੀ ਭਿੰਡਰਾਲੇ ਨੂੰ ਸੰਤਾਂ ਨੂੰ ਕੋਸ ਦੇ ਕਿਹੜੀ ਗੱਲੋਂ ਅਦਾਲਤ ਦੇ ਵਿੱਚ ਕੋਈ ਕੇਸ ਨਹੀਂ ਸੰਤਾਂ ਦੇ ਖਿਲਾਫ ਕੋਈ ਉਹਨਾਂ ਦੇ ਰਿਪੋਰਟ ਨਹੀਂ ਹੈਗੀ ਅਤੇ ਫਿਰ ਉਹ ਕਿੱਦਾਂ ਅੱਤਵਾਦੀ ਹੋ ਸਕਦੇ ਪਹਿਲਾਂ ਮੈਨੂੰ ਦੱਸੋ ਅੱਤਵਾਦੀ ਅੱਤਵਾਦੀ ਹੁੰਦਾ ਨਾ ਬੰਦਾ ਜੇ ਉਹਦੇ ਕੋਲ 'ਤੇ ਐਲੀਗੇਸ਼ਨ ਕੋਈ ਲੱਗਦਾ ਹੋਵੇ ਜੇ ਸੋਚੀ ਸਮਝੀ ਸਕੀਮ ਨਾਲ ਭਾਰਤ ਨੇ ਜੇ ਸੋਚਿਆ ਵਾ ਵੀ ਸਿੱਖਾਂ ਨੂੰ ਗੁਲਾਮ ਰੱਖ ਲਾਂਗੇ
उन्हां दी भैड़ी सोच हैगी आ जिहड़ी चौल खाउण वाली कौम जिहड़ी हैगी आ उह सिखां नूं कदी गुलाम नहीं कर सकदी। याद रखना संत जरनैल सिंह खालसा पिंडराले ने बेनती की सी भी एक निशान साहब थले कट्ठे होवो। मैं अपनी कौम नूं पुछदा वा भी एक निशान साहब थले कट्ठे हैगे आ आपां संतां दी गल किन्नी कमांदे आ। कहिंदे संत जरनैल सिंह पिंडराले तेरी सोच ते पैरां देंगे ठोके। पहला संतां दे नाल इह नारा लगदा सी उह बाजदीप सिद्धू दे नां ते नारा लगना शुरू कर दिता इन्हां ने। उह पहला पहला संतां दे पैरां दे लो दीप सिद्धू दे बाद च पैरां दिओ। जेदे मरीज जेदे जेड़ा अणखणी लड़िया छे दिन लड़िया ओ भाई सुबेग सिंह सुबेग सिंह वेखो जदों शहीद होंदे ना शहीद होंदे आ वेखो कारबन उन्हां दे हत्थ विच वायरलैस सैट उन्हां दे हत्थ दे विच कदे इह ना सोचा मनघड़त गल्लां पढ़दा। मैं पहली तरीक 26 वाले दिन अपने फादर साहब नूं असीं गरीब हाँ ਸਾਈਕਲ ਦੇ ਅੰਦਰ ਛੱਡ ਕੇ ਆਇਆ ਸੀ ਹਰਿਮੰਦਰ ਸਾਹਿਬ ਤੇ ਉਸ ਜਿੰਨੀ ਲੜਾਈ ਲੜੀ ਫਾਦਰ ਸਾਹਿਬ ਸੰਤਾਂ ਨਾਲ ਲੜਦੇ ਰਹੇ। ਕੋਈ ਮਨ ਘੜਤਾ ਨਹੀਂ ਗੱਲਾਂ ਦੱਸਣ ਡਿਆ ਕੋਈ ਸੁਣੀ ਸੁਣਾਈਆਂ ਗੱਲਾਂ ਨਹੀਂ ਕਰਨ ਡਿਆ ਕਿ ਅੰਮ੍ਰਿਤਸਰ ਦੇ ਉੱਤੋਂ ਸਿਰਫ 5 ਕਿਲੋਮੀਟਰ ਤੇ ਆਪਣਾ ਘਰ ਹੈਗਾ ਸੀ ਤੇ ਉੱਥੇ ਕੀ ਕਹਿਣਾ ਚਾਹੋਗੇ ਬਿੱਟੂ ਜੀ ਵੱਲੋਂ ਅੱਜ ਕਿਹੜਾ ਮਾਰਚ ਵੇਖੋ ਜੀ ਜੜਾ ਇਹ ਆਜ਼ਾਦੀ ਮਾਰਚ ਇਹ ਕੱਢਣ ਡਏ ਆ ਉਹਦਾ ਫਾਇਦਾ ਤਦ ਹੈਗਾ ਵਾ ਸਾਨੂੰ ਵੀ ਜੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਜੇ ਆਪਾਂ ਅਲੱਗ ਅਲੱਗ ਡਫਲੀਆਂ ਵਜਾਈਆਂ ਤੇ ਇਦਾਂ ਖਾਲਿਸਤਾਨ ਨਹੀਂ ਮਿਲਣਾ। ਯਾਦ ਰੱਖਿਓ ਆਪਾਂ ਯੂਐਨ ਦੇ ਕੇਸ ਲਾਇਆ ਵਾ ਕਿਸ ਮੁੱਦੇ ਤੇ ਲਾਇਆ ਵਾ ਆਪਾਂ ਜਿਹੜੇ ਛੋਟੇ ਸਾਡੇ ਬੱਚੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਾ। ਜਿਹੜੇ ਬੱਚੇ ਸਾਡੇ 2020 ਦੇ ਵਿੱਚ ਅੰਦਰ ਆ ਜਿਹੜੇ ਬੱਚੇ ਖਾਲਿਸਤਾਨ ਦੇ ਨਾਂ ਦੇ ਅੰਦਰ ਹੈਗੇ ਆ ਮੈਂ ਆਪਣੀ ਕੌਮ ਨੂੰ ਪੁੱਛਦਾ ਗਾ ਵਾਂ ਸਵਾਲ ਕਰਦਾ ਵਾਂ ਉਹਨਾਂ ਦੇ ਮਗਰ ਕਿੰਨੇ ਕੁ ਵਕੀਲ ਤੁਸੀਂ ਚਲਾਏ ਹੋਏ ਆ ਕਿੰਨੇ ਕੁ ਉਹਨਾਂ ਨੂੰ ਛਡਾ ਰਹੇ ਜੇ ਸਿਰ ਕੌਮ ਨੂੰ ਗੁੰਮਰਾਹ ਨਾ ਕਰੋ ਸਹੀ ਰਸਤੇ ਤੇ ਪਾ ਕੇ ਉਹਨਾਂ ਨੂੰ ਚੱਲੋ। ਇਹ ਛੋਣੀ ਵਾਲੇ ਮੋੜ ਕਰਨ ਨਾਲ ਜੀ ਕੁਛ ਨਹੀਂ ਹੋਣਾ। ਜੋ ਸਾਡੇ ਸਿੱਖਾਂ ਦੇ ਵਿੱਚ ਖੂਨ ਹੈ ਜੋ ਜਜ਼ਬਾ ਹੈ ਜੋ ਖਾਲਿਸਤਾਨ ਦੀ ਮੰਗ ਹੈ ਉਹ ਹਮੇਸ਼ਾ ਇੱਦਾਂ ਹੀ ਰਹੂਗੀ। ਖਾਲਿਸਤਾਨ ਖਾਲਿਸਤਾਨ। ਔਰ ਇਹਦੀ ਜਵਾਬਦੇਹੀ ਆ ਜਿਹੜੀ ਉਹ ਸਾਰੀ ਦੁਨੀਆ ਦੇ ਵਿੱਚ ਕਰਨੀ ਪੈਂਦੀ ਹੈ ਜਿੱਥੇ ਵੀ ਕਰਨੀ ਪੈਂਦੀ ਹੈ ਚਾਹੇ ਯੂਐਨ ਹੋਵੇ ਚਾਹੇ ਕੋਈ ਪਾਰਲੀਮੈਂਟ ਹੋਵੇ ਉੱਥੇ ਇਹਨੂੰ ਜਵਾਬ ਦੇਣਾ ਪੈਂਦਾ ਇਸ ਗੱਲ ਦੇ ਲਈ।
एक पिछे जी खबर आई थी कि राजीव गांधी के जड़े कातल आ उन्होंने रिहा कर दिया गया, रिहाई के हुक्म जड़े जारी हो गए ने, पर बंदी सिंघां नूं पैरोल ते भी नहीं छड्डिया जा रहा, तो की विचार रखते हो ये बारे? देखो मैं समझदा कि वह हिंदू ने और हिंदू है जोड़ा वो कट्ठा है और जोड़े भी मतलब राजीव गांधी के कातल ने वो हिंदू कम्यूनिटी बिलोंग करते हैं, हिंदू राष्ट्र की हिंदू गौरमेंट की जी सोच है वो हिंदू लोगों के प्रति वक्री है और सिखा के प्रति वक्री है। सो यही कारण है कि जोड़े राजीव गांधी के कातल ने वो अज रिलीज़ हो रहे हैं और साढ़े है जोड़े वो अज मतलब जहाँ तो उन्होंने शहीदियाँ प्राप्त हो गई फांसियाँ लग गए जो जेलों के बंद ने अज तक सोच की गल की है, हिंदुस्तानी हुकूमत की एक दोहरी सोच की गल की है, तो इस मौके पर जे पंजाब की जी नौजवान पीढ़ी आ या कौम है कौम के नाते कोई संदेश देना हो की कहोगे? नहीं मैं पंजाब के कौम में यह गल कहनी चाहना भी सारे नौजवानों असी अवेयरनैस लैके आना चाहते हैं उन्होंने अपनी आजादी के लिए सानू हर हाल के गुरु साहब के जोड़े बचन ने गुरमता ने उन्होंने उत्ते खड़े होना चाहिए, गुरु ग्रंथ साहब की जो संदेश है वह खड़ा होकर अपनी जिंदगी उदा की बना के बाद सानू उसे पहरा देना चाहिए और अपनी कौम के लिए जोड़ा लड़ना चाहिए और अपने देश है जोड़ा खालिस्तान बनाना चाहिए, इस तो बिना सिखा के कोई होर चारा नहीं है। बहुत बहुत शुक्रिया जी। असीं अज गुलामी का एहसास जिहड़ा है उह सानू गौरमेंट करा रही है, स्टेट गौरमेंट भी और जिहड़ी सेंटर गौरमेंट भी करा रही है, और मैं दसना चाहुंदा कि अपने वशिंदियां नूं जदों कोई गौरमेंट खत्म करन लग जावे फिर वह शांतमई ढंग नाल अपना प्रोटेस्ट कर सकदे आ, जिस तरीके नाल दल खालसा हर साल की तरह यह जिहड़ी साडी अपनी आज़ादी वास्ते प्रोग्राम लीकदा है वह अज 5 जून जिहड़ा प्रोग्राम जा होण जा रहा उहदे विच अज श्रोमणी अकाली दल अमृतसर नाल इस गल दे सरदार सिमरनजीत सिंह मान गवाही भरदे आ कि जिहड़ी कौम गुलाम हुंदी उह आपदे घर वास्ते लड़ सकदी है, प्रोटेस्ट कर सकदी है, रौला पा सकदी है। उसे तरीके नाल असीं एक तां इह कर रहे हां मार्च आज़ादी मार्च और नाल दी नाल श्री अकाल तख्त साहिब ते अरदास करनी है कि महाराज ये 40 साल का राज जिहड़ा महाराजा रणजीत सिंह दा है उहदे विच किसे कौम नाल वितकरा नहीं किया गया, किसे कौम के ग्रंथ नाल खिलवाड़ नहीं किया गया, तो सिखा ने इहो जिहा राज करके दिखाया जिहदे विच सारियां कौमां नूं सत्कार मिलिया है, तो ये परखिया नूं परखी दा नहीं गा। असीं बेनती करते हैं भी सानू जिहड़ा साडे सबर दा इजहार है उहनूं होर ना परखिया जावे, जिहड़ी कौम है उहनूं गुलामी दा अहसास ना कराया जावे। अज असीं अरदास करन जा रहे हैं श्री अकाल तख्त साहिब। कौम की गल की है पर थानू लग एक भी गल सामने आती है कि कौम जी को लीडर की घाट है, तो इस तथ्य नाल तुसीं कितनी सहमति रखते हो? देखो कौम दे विच लीडर की कोई घाट नहीं, जिहड़ा साडे साडी कौम दे लीडर है और ये सब तो वध बुद्धिवान है, सब तो वध पढ़े है और सब तो वध ईमानदार है, जिन्हां ते कोई अज तक दाग नहीं लगा, जिन्हां ने किसी दे नाल कोई खिलवाड़ नहीं किया, ठगी नहीं मारी, फरेब नहीं किया। सो असीं तां मीरी पीरी दे मालक छेवें पातशाह श्री गुरु हरगोबिंद महाराज साहब के पाए हुए पूरनियां ते चलदे हैं, तो फिर साडे कोल कौम लीडर कोल कौम की घाट किस तरह हो सकती है? आजादी।
Thank you.